ਹੰਸ ਰਾਜ ਹੰਸ ਦੀ ਜੀ ਨੇ ਇਹ ਕਿਹਾ ਕਿਹਾ ਕਿ ਮੈਂ ਦੋ ਤਰੀਕ ਤੋਂ ਬਾਅਦ ਕਿਸਾਨਾਂ ਨੂੰ ਸਬਕ ਸਿਖਾਉਂਗਾ ਓਏ ਹੋਏ ਹੋਏ ਤੇਰੀ ਉਮਰ ਕਿੱਡੀ ਹੋ ਗਈ ਐ ਤੈਨੂੰ ਪੰਜਾਬ ਦੇ ਕਣ-ਕਣ ਨੇ ਰੋਟੀ ਦਿੱਤੀ ਤੂੰ ਭੁੱਖਾ ਮਰਦਾ ਸੀ ਤੈਨੂੰ ਮਾਵਾਂ ਨੇ ਗੋਚ ਪਜਾ ਕੇ ਰੋਟੀਆਂ ਕਮਾਈਆਂ ਤੈਨੂੰ ਕਿਸਾਨਾਂ ਨੇ ਆਪਣੀਆਂ ਕਣਕਾਂ ਵੱਢ ਕੇ ਤੇਰੇ ਘਰ ਚ ਰੋਟੀਆਂ ਦਿੱਤੀਆਂ ਤੇਰੇ ਅਗੇ ਹਜ਼ਾਰਾਂ ਸਿੰਗਰ ਕਲਾਕਾਰ ਮੇਰੇ ਅਗੇ ਆਪਣੇ ਘਰ ਰੱਖੇ ਧੀਆ ਪੈਣਾ ਦੀ ਇੱਜ਼ਤ ਕਰਨਾ ਸਿਖਾਇਆ ਤੇ ਉਸ ਪੰਜਾਬ ਦੀ ਧਰਤੀ ਦਾ ਉਸ ਦੇਸ਼ ਦੀ ਧਰਤੀ ਦਾ ਤੂੰ ਖਾ ਪੀ ਕੇ ਕਿਸਾਨਾਂ ਨੂੰ ਇਹ ਬੋਲ ਮੈਨੂੰ ਤੁਸੀਂ ਦੱਸੋ ਇੱਕ ਬਾਪ ਆਪਣੇ ਬੱਚਿਆਂ ਵਾਸਤੇ ਕੀ ਛੱਡ ਰਿਹਾ ਜਿਹਦੇ ਹੰਸ ਰਾਜ ਜਹਾਂਸ ਦੇ ਬੱਚੇ ਨੇ ਉਹ ਕੀ ਸਿੱਖ ਰਿਹਾ ਬਾਪ ਤੋਂ ਹੈ ਕੋਈ ਜਵਾਬ ਕਿਸੇ ਕੋਲ ਆਏਗਾ ਇਸ ਦੇ ਦੇ ਸਾਰੇ ਬੰਦੇ ਬਿਠਾਓ ਪੋਲਿਟੀਸ਼ਨ ਤੇ ਪ੍ਰੈਸ ਵਾਲੇ ਮੇਰੇ ਨਾਲ ਮੈਂ ਫੇਰ ਬੋਲੂ ਇਸ ਸੰਸਕਾਰ ਨੇ ਬਦਲ ਸੀ ਵੀ ਐ ਬਦਕਿਸਮਤੀ ਐ ਹਾਂਸ ਰਾਜ ਹੰਸਦੀ ਜੀ ਨੇ ਇਹ ਕਿਹਾ ਕਿਹਾ ਕਿ ਮੈਂ ਦੋ ਤਰੀਕ ਤੋਂ ਬਾਅਦ ਕਿਸਾਨਾਂ ਨੂੰ ਸਬਕ ਸਿਖਾਉਂਗਾ ਓਏ ਹੋਏ ਹੋਏ ਤੇਰੀ ਉਮਰ ਕਿੱਡੀ ਹੋ ਗਈ ਐ ਤੈਨੂੰ ਪੰਜਾਬ ਦੇ ਕਣ ਕਣ ਨੇ ਰੋਟੀ ਦਿੱਤੀ ਤੂੰ ਭੁੱਖਾ ਮਰਦਾ ਸੀ ਤੈਨੂੰ ਮਾਵਾਂ ਨੇ ਗੋਚ ਪਜਾ ਕੇ ਰੋਟੀਆਂ ਕਮਾਈਆਂ ਨੁੱਕ ਸਨਨ ਨੇ ਆਪਣੀਆਂ ਕਣਕਾਂ ਵੱਢ ਕੇ ਤੇਰੇ ਘਰ ਚ ਰੋਟੀਆਂ ਦਿੱਤੀਆਂ ਤੇਰੇ ਅੱਗੇ ਹਜ਼ਾਰਾਂ ਸਿੰਗਲ ਕਲਾਕਾਰ ਮੇਰੇ ਅਰਗੇਮ ਆਪਣੇ ਕਰਾ ਕੇ ਧੀਆਂ ਪੈਣਾ ਦੀ ਇੱਜ਼ਤ ਕਰਨਾ ਸਿਖਾਇਆ ਤੇ ਉਸ ਪੰਜਾਬ ਦੀ ਧਰਤੀ ਦਾ ਉਸ ਦੇਸ਼ ਦੀ ਧਰਤੀ ਦਾ ਤੂੰ ਖਾ ਪੀ ਕੇ ਕਿਸਾਨਾਂ ਨੂੰ ਇਹ ਬੋਲ ਮੈਨੂੰ ਤੁਸੀਂ ਦੱਸੋ ਇੱਕ ਬਾਪ ਆਪਣੇ ਬੱਚਿਆਂ ਵਾਸਤੇ ਕੀ ਛੱਡ ਰਿਹਾ ਜਿਹਦੇ ਹੰਸ ਰਾਜ ਜਹਾਂਸ ਦੇ ਬੱਚੇ ਨੇ ਉਹ ਕੀ ਸਿੱਖ ਰਿਹਾ ਬਾਪ ਤੋਂ ਹੈ ਕੋ ਜਵਾਬ ਕਿਸੇ ਕੋਲ ਹੈਗਾ ਇਸ ਦੇਸ਼ ਦੇ ਸਾਰੇ ਬੰਦੇ ਬਿਠਾਓ ਪੋਲਿਟੀਸ਼ੀਨ ਤੇ ਪ੍ਰੈਸ ਵਾਲੇ ਮੇਰੇ ਨਾਲ ਮੈਂ ਫੇਰ ਬੋਲੂ ਇਸ ਸੰਸਕਾਰ ਨੇ ਬਦਲ ਸੀ ਵੀ ਹੈ ਬਦਕਿਸਮਤੀ ਹੈ ਹਾਂਸ ਰਾਜ ਹੰਸਦੀ ਜੀ ਨੇ ਇਹ ਕਿਹਾ ਕਿਹਾ ਕਿ ਮੈਂ ਦੋ ਤਰੀਕ ਤੋਂ ਬਾਅਦ ਕਿਸਾਨਾਂ ਨੂੰ ਸਬਕ ਸਿਖਾਉਂਗਾ ਓਏ ਹੋਏ ਹੋਏ ਤੇਰੀ ਉਮਰ ਕਿੱਡੀ ਹੋ ਗਈ ਹੈ ਤੈਨੂੰ ਪੰਜਾਬ ਦੇ ਕਣ ਕਣ ਨੇ ਰੋਟੀ ਦਿੱਤੀ ਤੂੰ ਭੁੱਖਾ ਮਰਦਾ ਸੀ ਤੈਨੂੰ ਮਾਵਾਂ ਨੇ ਗੋਚ ਪਾਜਾ ਕੇ ਰੋਟੀਆਂ ਕਮਾਈਆਂ ਤੈਨੂੰ ਕਿਸਾਨਾਂ ਨੇ ਆਪਣੀਆਂ ਕਣਕਾਂ ਵੱਢ ਕੇ ਤੇਰੇ ਘਰ ਚ ਰੋਟੀਆਂ ਦਿੱਤੀਆਂ ਤੇਰੇ ਅੱਗੇ ਹਜ਼ਾਰਾਂ ਸਿੰਗਲ ਕਲਾਕਾਰ ਮੇਰੇ ਅਰਗੇਮ ਆਪਣੇ ਕਰਾ ਕੇ ਧੀਆਂ ਪੈਣਾ ਦੀ ਇੱਜ਼ਤ ਕਰਨਾ ਸਿਖਾਇਆ ਤੇ ਉਸ ਪੰਜਾਬ ਦੀ ਧਰਤੀ ਦਾ ਉਸ ਦੇਸ਼ ਦੀ ਧਰਤੀ ਦਾ ਤੂੰ ਖਾ ਪੀ ਕੇ ਕਿਸਾਨਾਂ ਨੂੰ ਇਹ ਬੋਲ ਮੈਨੂੰ ਤੁਸੀਂ ਦੱਸੋ ਇੱਕ ਬਾਪ ਆਪਣੇ ਬੱਚਿਆਂ ਵਾਸਤੇ ਕੀ ਛੱਡ ਰਿਹਾ ਜਿਹਦੇ ਹੰਸ ਰਾਜ ਜਹਾਂਸ ਦੇ ਬੱਚੇ ਨੇ ਉਹ ਕੀ ਸਿੱਖ ਰਿਹਾ ਬਾਪ ਤੋਂ ਹੈ ਕੋ ਜਵਾਬ ਕਿਸੇ ਕੋਲ ਆਏਗਾ ਇਸ ਦੇਸ਼ ਦੇ ਸਾਰੇ ਬੰਦੇ ਬਿਠਾਓ ਪੋਲਿਟੀਸ਼ਨ ਤੇ ਪ੍ਰੈਸ ਵਾਲੇ ਮੇਰੇ ਨਾਲ ਮੈਂ ਫੇਰ ਬੋਲੂ ਇਸ ਸੰਸਕਾਰ ਨੇ ਬਦਲ ਸੀ ਵੀ ਹੈ ਬਦ ਕਿਸਮਤੀ ਹੈ